ਹੈਲੋ ਸਟੂਡੈਂਟਸ ਅਸੀਂ ਕਰ ਰਿਹਾ ਕਲਾਸ 10th ਚੈਪਟਰ ਹੈ ਸਾਡਾ 7th ਐਕਸਰਸਾਈਜ਼ ਹੈ ਸਾਡੀ 7.2 ਸੋ ਜਿਸ ਦਾ ਅਸੀਂ ਫਰਸਟ ਕੁਐਸਚਨ ਜਿਹੜਾ ਸਟਾਰਟ ਕਰਾਂਗੇ ਸੋ ਕੁਐਸਚਨ ਦੇ ਵਿੱਚ ਦੇਖੋ ਸਾਡੇ ਕੋਲ ਹੈ ਉਸ ਬਿੰਦੂ ਦੇ ਨਿਰਦੇਸ਼ ਅੰਕ ਪਤਾ ਕਰੋ ਸੋ ਫਾਈਂਡ ਦਾ ਕੋਆਰਡੀਨੇਟਸ ਆਫ ਥੈਟ ਪੁਆਇੰਟ ਸੋ ਜੋ ਬਿੰਦੂਆਂ -1, 7 ਅਤੇ ਦੂਸਰਾ ਪੁਆਇੰਟ ਸਾਡੇ ਕੋਲ ਕਿਹੜਾ ਦਿੱਤਾ ਹੋਇਆ ਹੈ 4, -10 ਨੂੰ ਵੰਡਦਾ ਹੈ ਤੇ ਸਾਨੂੰ ਰੇਸ਼ੋ ਦਿੱਤੀ ਗਈ ਹੈ ਕਿ ਇਹਨਾਂ ਪੁਆਇੰਟ ਜਦੋਂ ਸਾਡੇ ਕੋਲ ਮਿਲਦੇ ਹਨ ਤਾਂ ਇਹਨਾਂ ਪੁਆਇੰਟਸ ਨੂੰ ਇੱਕ ਪੁਆਇੰਟ ਹੋਰ ਹੈ ਜਿਹੜਾ ਵੰਡ ਰਿਹਾ ਹੈ ਡਿਵਾਈਡ ਕਰ ਰਿਹਾ ਹੈ ਕਿਹੜੀ ਰੇਸ਼ੋ ਦੇ ਵਿੱਚ ਡਿਵਾਈਡ ਕਰ ਰਿਹਾ ਹੈ 2 ਅਨੁਪਾਤ 3 ਵਿੱਚ ਜਿਹੜਾ ਕਿ ਵੰਡ ਰਿਹਾ ਹੈ ਸੋ ਅਸੀਂ ਹੁਣ ਉਸ ਪੁਆਇੰਟ ਦੇ ਜਿਹੜੇ ਪੁਆਇੰਟਸ ਫਾਇੰਡ ਕਰਨੇ ਹਨ ਜਿਹੜਾ ਇਹਨਾਂ ਨੂੰ ਡਿਵਾਈਡ ਕਰਦਾ ਹੈ ਹੁਣ ਸਾਡੇ ਕੋਲ ਕੀ ਹੈ ਇਸ ਤਰ੍ਹਾਂ ਇੱਕ ਲਾਈਨ ਹੈ ਸੋ a ਸਾਈਡ ਦੇ ਸਾਡੇ ਕੋਲ ਪੁਆਇੰਟ ਆ -1,7 ਦੂਜੀ ਸਾਈਡ ਦੇ ਸਾਡੇ ਕੋਲ ਪੁਆਇੰਟ ਆ 4,-3 ਸੋ ਇੱਕ ਲਾਈਨ ਬਣ ਗਈ ਸਾਡੇ ਕੋਲ ਹੁਣ ਇਹ ਜਿਹੜੀ ਲਾਈਨ ਹੈ ਇਹ ਵੰਡੀ ਜਾਂਦੀ ਹੈ ਸੋ ਇੱਕ ਪੁਆਇੰਟ ਹੈ p p ਇਸ ਨੂੰ ਡਿਵਾਈਡ ਕਰ ਰਿਹਾ ਸੋ ਸਸਿ ਕਰਦੇ ਹਾਂ ਮੰਨ ਲਓ a -1,7 ਅਤੇ b ਸਾਡੇ ਕੋਲ 4,-3 ਹੈ ਇੱਕ ਬਿੰਦੂ p x, y ਜਿਸ ਦੇ ਕੋਆਰਡੀਨੇਟਸ ਹਨ ab ਨੂੰ 2 ਅਨੁਪਾਤ 3 ਵਿੱਚ ਵੰਡਦਾ ਹੈ ਹੁਣ ਧਿਆਨ ਨਾਲ ਸਮਝਾ 2:3 ਮੀਨ ਮਤਲਬ ਕੀ ਹੈ ਠੀਕ ਹੈ ਹੁਣ 2:3 ਅਸੀਂ ਕਰਦੇ ਆ 2 3 ਨੂੰ ਜੋੜੀਏ ਤੇ ਸਾਡੇ ਕੋਲ ਆ ਗਿਆ 5 ਇਹਦਾ ਮਤਲਬ ਹੈ ਜਿਹੜਾ ਰੇਖਾ ਖੰਡਾ ਨੇ ਇਹ ਵਾਲਾ ਇਹ 5 ਬਰਾਬਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਕਲੀਅਰ ਹੋ ਗਿਆ ਦੋਵੇਂ ਰੇਸ਼ੀਓਜ਼ ਨੂੰ ਜੋੜ ਲਓ ਇਸਦੇ 5 ਭਾਗ ਮੰਨਦੇ ਆ ਠੀਕ ਹੈ 1 2 ਤਿੰਨ ਚਾਰ ਤੇ ਪੰਜ ਭਾਗ ਹੋ ਗਏ ਹੁਣ ਇੱਕ ਸਾਈਡ ਤੇ ਦੋ ਭਾਗ ਰਹਿੰਦੇ ਹਨ ਤੇ ਇੱਕ ਸਾਈਡ ਤੇ ਤਿੰਨ ਭਾਗ ਰਹਿੰਦੇ ਹਨ ਇਹਦਾ ਮਤਲਬ ਹੈ ਜਿਹੜਾ ਪੁਆਇੰਟ ਪੀ ਹੈ ਸਾਡੇ ਕੋਲ ਪੁਆਇੰਟ ਆਇਆ ਇੱਥੇ ਦੇਖੋ ਹੁਣ ਇੱਥੇ ਸਾਡੇ ਕੋਲ ਕਿੰਨੇ ਪੁਆਇੰਟ ਇਧਰ ਭਾਗ ਰਹੇਗੇ 1 2 ਠੀਕ ਹੈ ਦੋ ਹੀ ਭਾਗ ਰਹੇਗੇ 1 ਤੇ 2 ਇਸ ਸਾਈਡ ਤੇ 1 2 ਤੇ 3 ਰਹੇਗੇ ਸੋ ਇਸ ਸਾਈਡ ਤੇ ਜਿਹੜੀ ਰੇਸ਼ਿਓ ਆ ਗਈ ਉਹ ਸਾਡੇ ਕੋਲ ਆ ਗਈ ਤਿੰਨ ਕਲੀਅਰ ਸੋ 2 ਰੇਸ਼ਿਓ 3 ਜਿਹੜੀ ਬਰਾਬਰ ਹੈ ਸਾਡੇ ਕੋਲ ਉਹ ਹੈ m1:m2 ਸੋ ਇਟ ਮੀਨਸ m1 ਸਾਡੇ ਕੋਲ ਇਹ ਹੈ ਤੇ m2 ਸਾਡੇ so ਕੋਲ ਫਿਰ ਦਿੱਤਾ ਗਿਆ ਹੈ ਹੁਣ ਅਸੀਂ ਇਸ ਦੇ ਪੁਆਇੰਟ ਫਾਇੰਡ ਕਰਨੇ ਹਨ ਐਕਸ ਵਾਈ ਸੋ ਇਸ ਦੇ ਪੁਆਇੰਟ ਫਾਇੰਡ ਕਰਨ ਦੇ ਲਈ ਤੁਹਾਨੂੰ ਅਸੀਂ ਇੰਟਰੋਡਕਸ਼ਨ ਦੀ ਕਲਾਸ ਵਿੱਚ ਦੱਸਿਆ ਸੀ ਕਿ ਜਦੋਂ ਵੀ ਸਾਡੇ ਕੋਲ ਰੇਸ਼ੀਓ ਦੀ ਗੱਲ ਕੀਤੀ ਜਾਵੇ ਤਾਂ ਹਮੇਸ਼ਾ ਅਸੀਂ ਸੈਕਸ਼ਨ ਫਾਰਮੂਲਾ ਜਾਂ ਵਿਭਾਜਨ ਸੂਤਰ ਜਿਹੜਾ ਉਹ ਲਗਾਉਣਾ ਹੈ ਸੋ ਵਿਭਾਜਨ ਸੂਤਰ ਕੀ ਹੁੰਦਾ ਹੈ ਸਾਡੇ ਕੋਲ ਲਿਖਦੇ ਹਾਂ ਇੱਥੇ ਵਿਭਾਜਨ ਸੂਤਰ ਜਾਂ ਜਿਸ ਨੂੰ ਅਸੀਂ ਬੋਲਦੇ ਹਾਂ ਸੈਕਸ਼ਨ ਫਾਰਮੂਲਾ ਸੋ ਪੀ ਦੇ ਪੁਆਇੰਟਸ ਹੋਣਗੇ ਐਕਸ ਕਮਾ ਵਾਈ ਸਾਡੇ ਕੋਲ ਇਕੁਅਲ ਟੂ ਅ ਪੁਆਇੰਟ ਕੋਮਾ ਠੀਕ ਹੈ ਇਸ ਤਰ੍ਹਾਂ ਕਰ ਲਿਆ ਸੀ ਸੋ ਨੀਚੇ ਆ ਕੇ ਸਾਡੇ ਕੋ ਪਹਿਲਾ ਦੋਵੇਂ ਰੇਸ਼ੀਓਜ਼ ਐਡਿੰਗ ਦੇ ਵਿੱਚ ਆਖਰੀ ਇਹ ਨੀਚੇ ਦੋਮਾ ਦੀ ਪਲੱਸ ਹੋ ਗਈ ਠੀਕ ਹੈ ਇੱਧਰ ਵੀ ਕਰ ਦੋ m1 m2 ਹੁਣ ਕੀ ਹੋਏਗਾ ਸਾਡੇ ਕੋ m2 x1 m1 x2 ਇਸ ਸਾਈਡ ਤੇ ਸਾਡੇ ਕੋ ਆ ਗਿਆ m2 y1 m1 y 2 ਜੇਕਰ ਤੁਸੀਂ ਇੰਟਰੋਡਕਸ਼ਨ ਦੀ ਕਲਾਸ ਦੇਖੀ ਹੋਏਗੇ ਨਾ ਤਾਂ ਤੁਹਾਨੂੰ ਇਸ ਫਾਰਮੂਲੇ ਨੂੰ ਬਿਲਕੁਲ ਵੀ ਜਿਹੜਾ ਕਿ ਰੋਟਿੰਗ ਕਰਨ ਦੀ ਜਾਂ ਰੱਟਾ ਲਗਾਉਣ ਦੀ ਲੋੜ ਨਹੀਂ ਪਊਗੀ ਤੁਸੀਂ ਫਾਰਮੂਲੇ ਨੂੰ ਬੜੇ ਹੀ ਆਸਾਨੀ ਦੇ ਨਾਲ ਲਿਖ ਲੋਗੇ ਫਿਰ ਵੀ ਮੈਂ ਤੁਹਾਨੂੰ ਹੋਰ ਇੱਕ ਛੋਟਾ ਜਿਹਾ ਟ੍ਰਿਕ ਦੱਸ ਦਿੰਦਾ ਸਭ ਤੋਂ ਪਹਿਲਾਂ ਦੋਵੇਂ ਰੇਸ਼ਿਓਦ ਨੂੰ ਐਡ ਕੀਤਾ ਦੋਵੇਂ ਅਨੁਪਾਤਾਂ ਨੂੰ ਜੋੜਤਾ ਫਿਰ ਦੇਖੋ ਕੀ ਲਿਖਿਆ ਸੀ ਦੋ ਪਹਿਲਾਂ ਅਸੀਂ ਦੋ ਨੰਬਰ ਵਾਲੀ ਰੇਸ਼ਿਓ ਲਿਖੀ ਹੈ ਨਾਲ ਅਸੀਂ x1 ਲਿਖਿਆ ਪਹਿਲਾਂ ਇੱਕ ਪਹਿਲੇ ਪੁਆਇੰਟ ਦੀ ਗੱਲ ਕਰਨੀ ਹੈ ਸਿਰਫ ਅਸੀਂ x1 ਇਹ ਪੁਆਇੰਟਾਂਨ ਸਰਟੀਕੋ ਜਿਹੜੇ ਕਿ x1 ਇਹ ਹੈ ਸਾਡਾ y1 ਇਹ ਸਾਡੇ ਕੋ ਹੋਣਗੇ ਸਾਡਾ x2 ਤੇ ਇਹ ਸਾਡਾ y2 ਸਭ ਤੋਂ ਪਹਿਲਾਂ ਅਸੀਂ x1 x2 ਦੀ ਗੱਲ ਕਰਨੀ ਹੈ ਸੋ ਫਰਸਟ ਪੁਆਇੰਟ ਦੀ ਫਰਸਟ ਪੁਆਇੰਟ ਦੀ ਠੀਕ ਹੈ ਜੇਕਰ x1 ਲਿਖੋਗੇ ਤਾਂ m2 ਆਏਗਾ ਮਨ ਲੈ ਕੇ ਅਸੀਂ ਇਹ ਟ੍ਰਿਕ ਲਗਾਈ ਸੀ ਇਸ ਤਰ੍ਹਾਂ ਤਿਰਛੀ ਗੁਣਾ ਕਰਨ ਦੀ ਠੀਕ ਹੈ ਸੋ ਕੀ ਕਹੇ ਦੀ ਸੀ ਸੀ ਕਿ ਜਦੋਂ ਅਸੀਂ m2 ਨੂੰ x1 ਨਾਲ ਗੁਣਾ ਕਰਨੀ ਹੈ ਪਹਿਲਾਂ ਫਿਰ ਅਸੀਂ m1 ਨੂੰ x2 ਨਾਲ ਕਰਨੀ ਹੈ ਫਿਰ ਅਸੀਂ ਇਸ ਤਰ੍ਹਾਂ ਹੀ m2 ਨੂੰ y1 ਨਾਲ ਤੇ m1 ਨੂੰ ਫਿਰ y2 ਦੇ ਨਾਲ ਗੁਣਾ ਜਿਹੜੀ ਕਰਨੀ ਹੈ ਤੁਸੀਂ ਇਹ ਲਈ ਇੰਟਰੋਡਕਸ਼ਨ ਕਲਾਸ ਦੇਖਣੀ ਜਿਹੜੀ ਕਿ ਬਹੁਤ ਜ਼ਰੂਰੀ ਹੈ ਸੋ ਹੁਣ ਅਸੀਂ ਵੈਲਿਊਜ਼ ਪੁੱਟ ਕਰਦੇ ਹਾਂ ਆਪਣੀਆਂ ਪੀ ਐਕਸ ਕਮਾ ਵਾਈ ਇਕੁਅਲ ਟੂ ਓਵਰ ਕਮਾ ਓਵਰ ਸੋ ਸਭ ਤੋਂ ਪਹਿਲਾਂ ਰੇਸ਼ੋ ਕਿੰਨੀ ਸਾਡੇ ਕੋਲ 2:3 ਦੋਮਾ ਦਾ ਐਡ ਆ ਗਿਆ ਸਾਡੇ ਕੋਲ نیچے ਦੋਮਨ ਉਸੇ નીચે ਜੋੜਤਾ ਹੁਣ ਸਾਡੇ ਕੋਲ ਆਉਂਦਾ ਹੈ 3 ਉਹ ਦੇਖੋ m2 ਕਿੰਨਾ ਹੈ ਸਾਡੇ ਕੋਲ 3 ਹੈ 3 ਦੇ ਨਾਲ ਅਸੀਂ ਮਲਟੀਪਲਾਈ ਕੀ ਕਰਨਾ ਹੈ x1 x1 ਕਿੰਨਾ ਹੈ ਸਾਡੇ ਕੋਲ -1 -1 ਫਿਰ ਸਾਡੇ ਕੋਲ ਆ ਗਿਆ 2 ਹੁਣ x2 ਕਿੰਨਾ ਹੈ ਸਾਡੇ ਕੋਲ 4 ਠੀਕ ਹੈ ਫਿਰ ਸਾਡੇ ਕੋਲ 10 ਬ੍ਰੈਕਟ 2 ਬ੍ਰੈਕਟ ਹੁਣ ਸਾਡੇ ਕੋਲ a ਕੀ ਹੈ m2 ਇਹਦੇ ਨਾਲ ਆਇਆਗਾ y1 ਸੋ so, y1 ਕਿੰਨਾ ਹੈ ਸਾਡੇ ਕੋਲ 7 ਅਤੇ y2 ਕਿੰਨਾ ਹੈ ਸਾਡੇ ਕੋਲ -3 ਸੋ ਇਹ ਸਾਡੇ ਕੋਲ ਆ ਗਿਆ px, y ਦੋਵਾਂ ਨੂੰ ਐਡ ਕਰਦੇ ਆ 5 ਇਧਰ ਵੀ ਦੋਵਾਂ ਨੂੰ ਐਡ ਕੀਤਾ ਸਾਡੇ ਕੋਲ 5 ਆ ਗਿਆ थ्री नू वन मल्टीप्लाई माइनस थ्री प्लस फू फोर जा एट सो इधर आ गया साढ़े को ट्वेंटी वन माइनस सिक्स साढ़े कोी एक्स कॉमा वाई इज इक्वल टू ए आ गया फाइव सो माइनस थ्री प्लस एट एट चो थ्री माइनस करो आ जाएगा फाइव ट्वेंटी वन माइनस सिक्स कि आ गया फिफ्टीन ओवर फाइव सो फाइव ना फाइव so, कैंसल हो गया वन वन आ गया फाइव वन ज फाइव फाइव थ्री फिफ्टीन सो देअर फोर पी एक्स वाई साढ़े को आ गया वन कौम थ्री ਸੋ ਇਹ ਆ ਗਿਆ ਸਾਡੇ ਕੋ ਪੀ ਦੇ ਜਿਹੜੇ ਕਿ ਨਿਰਦੇਸ਼ਕ ਜਾਂ ਕੋਆਰਡੀਨੇਟਸ ਜਿਹੜੇ ਸਾਡੇ ਕੋ ਆਉਂਦੇ ਹਨ ਸੋ ਜਿਸ ਦੇ ਵਿੱਚ ਪਹਿਲਾ ਪੁਆਇੰਟ ਐਕਸ ਨਾਲ ਰਿਲੇਟ ਹੋਵੇਗਾ ਤੇ ਦੂਸਰਾ ਵਾਈ ਨਾਲ ਇਹ देयरफॉर ਸਾਡੇ ਕੋ ਐਕਸ ਜਿਹੜਾ ਹੈ 1 ਹੈ ਅਤੇ ਵਾਈ ਕਿੰਨਾ ਹੈ 3 ਹੈ ਸੋ ਪੀ ਨੂੰ ਅਸੀਂ ਇਸ ਤਰ੍ਹਾਂ ਵੀ ਲਿਖਦੇ ਹਾਂ 1 ਕਮਾ 3 ਸਾਡੇ ਕੋ ਜਿਹੜੇ ਪੁਆਇੰਟਸ ਆ ਰਹੇ ਹਨ ਸੋ ਇਸੇ ਸਾਡਾ ਕੁਐਸਚਨ ਨੰਬਰ 1st ਐਕਸਰਸਾਈਜ਼ 7.2 ਦਾ ਉਮੀਦ ਕਰਦਾ ਕਿੜਾ ਕੁਐਸਚਨ ਆ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਜੇਕਰ ਵਧੀਆ ਲੱਗਾ ਹੈ ਤਾਂ ਲਾਈਕ ਜਰੂਰ ਕਰੋ ਦੂਜੇ ਬੱਚਿਆਂ ਤੱਕ ਸ਼ੇਅਰ ਜਰੂਰ ਕਰਨਾ ਹੈ ਕਮੈਂਟ ਕਰੋ ਜੇਕਰ ਵਧੀਆ ਲੱਗਾ ਤਾਂ ਮੀ ਕਰੋ ਜੇਕਰ ਕੁਝ ਚੇਂਜ ਕਰਨਾ ਚਾਹੁੰਦੇ ਹੋ ਤਾਂ ਮੀ ਕਰੋ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਵੀਂ-ਨਵੀਂ ਵੀਡੀਓਜ਼ ਦੇ ਲਿੰਕ ਜਿਹੜੇ ਪ੍ਰਾਪਤ ਹੁੰਦੇ ਰਹਿਣ ਸੋ ਮਿਲਦੇ ਆ ਨੈਕਸਟ ਕਲਾਸ ਵਿੱਚ ਨੈਕਸਟ ਕੁਐਸਚਨ ਦੇ ਨਾਲ